ਸੰਗਰੂਰ ਦੇ ਸਨਰਾਈਜ਼ ਪੈਲਸ ਵਿੱਚ ਲੱਗੀ ਅੱਗ, ਕਰੋੜਾਂ ਦੇ ਪੈਲਸ ਦਾ ਹੋ ਗਿਆ ਨੁਕਸਾਨ। ਜੀ ਹਾਂ, ਅਸੀਂ ਗੱਲ ਕਰਦੇ ਹਾਂ ਸੰਗਰੂਰ ਦੇ ਸਨਰਾਈਜ਼ ਪੈਲਸ ਦੀ, ਜਿੱਥੇ ਕਿ ਅੱਗ ਦੀਆਂ ਲਾਟਾਂ ਤੁਸੀਂ ਦੇਖ ਹੀ ਰਹੇ ਹੋ ਕਿ ਕਿੰਨੀਆਂ ਕੁ ਭਿਆਨਕ ਨੇ। ਅੱਗ ਬੁਝਾਉਣ ਦੇ ਯਤਨ ਲਗਾਤਾਰ ਜਾਰੀ ਨੇ। ਅੱਗ ਦਾ ਭਾਂਬੜ ਇੰਨਾ ਜ਼ਿਆਦਾ ਮੱਚ ਰਿਹਾ ਹੈ ਕਿ ਇਹਨੂੰ ਕਾਬੂ ਕਰਨਾ ਬਹੁਤ ਔਖਾ ਹੋਇਆ। ਅੱਗ ਲੱਗਣ ਦੀ ਕੋਈ ਖਾਸ ਵਜ੍ਹਾ ਤਾਂ ਨਹੀਂ ਪਤਾ ਲੱਗੀ। ਜਾਣਕਾਰੀ ਮੁਤਾਬਿਕ ਪਤਾ ਲੱਗਾ ਕਿ ਪੈਲਸ ਵਿੱਚ ਵੈਲਡਿੰਗ ਦਾ ਕੰਮ ਚੱਲ ਰਿਹਾ ਸੀ। ਉੱਥੇ ਹੀ ਜਦੋਂ ਮਾਲਕ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਅੱਗ ਕਿਵੇਂ ਲੱਗੀ। ਅੱਗ ਲੱਗੀ ਨੂੰ ਘੰਟਾ ਹੋ ਗਿਆ, ਪਰ ਮੈਨੂੰ ਕੁਝ ਸਮੇਂ ਪਹਿਲਾਂ ਹੀ ਜਾਣਕਾਰੀ ਮਿਲੀ ਹੈ ਤੇ ਮੈਂ ਉਦੋਂ ਹੀ ਪੈਲਸ ਵਿੱਚ ਪਹੁੰਚ ਗਿਆ। ਬਾਕੀ ਪੜਤਾਲ ਤੋਂ ਬਾਅਦ ਪਤਾ ਲੱਗੇਗਾ ਕਿ ਅੱਗ ਕਿਵੇਂ ਤੇ ਕਿਸ ਤਰ੍ਹਾਂ ਲੱਗੀ। ਸੰਗਰੂਰ ਦੇ ਸਨਰਾਈਜ਼ ਪੈਲਸ ਵਿੱਚ ਲੱਗੀ ਅੱਗ, ਕਰੋੜਾਂ ਦੇ ਪੈਲਸ ਦਾ ਹੋ ਗਿਆ ਨੁਕਸਾਨ। ਜੀ ਹਾਂ, ਅਸੀਂ ਗੱਲ ਕਰਦੇ ਹਾਂ ਸੰਗਰੂਰ ਦੇ ਸਨਰਾਈਜ਼ ਪੈਲਸ ਦੀ, ਜਿੱਥੇ ਕਿ ਅੱਗ ਦੀਆਂ ਲਾਟਾਂ ਤੁਸੀਂ ਦੇਖ ਹੀ ਰਹੇ ਹੋ ਕਿ ਕਿੰਨੀਆਂ ਕੁ ਭਿਆਨਕ ਨੇ। ਅੱਗ ਬੁਝਾਉਣ ਦੇ ਯਤਨ ਲਗਾਤਾਰ ਜਾਰੀ ਨੇ। ਅੱਗ ਦਾ ਭਾਂਬੜ ਇੰਨਾ ਜ਼ਿਆਦਾ ਮੱਚ ਰਿਹਾ ਹੈ ਕਿ ਇਹਨੂੰ ਕਾਬੂ ਕਰਨਾ ਬਹੁਤ ਔਖਾ ਹੋਇਆ। ਅੱਗ ਲੱਗਣ ਦੀ ਕੋਈ ਖਾਸ ਵਜ੍ਹਾ ਤਾਂ ਨਹੀਂ ਪਤਾ ਲੱਗੀ। ਜਾਣਕਾਰੀ ਮੁਤਾਬਿਕ ਪਤਾ ਲੱਗਾ ਕਿ ਪੈਲਸ ਵਿੱਚ ਵੈਲਡਿੰਗ ਦਾ ਕੰਮ ਚੱਲ ਰਿਹਾ ਸੀ। ਉੱਥੇ ਹੀ ਜਦੋਂ ਮਾਲਕ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਅੱਗ ਕਿਵੇਂ ਲੱਗੀ। ਅੱਗ ਲੱਗੀ ਨੂੰ ਘੰਟਾ ਹੋ ਗਿਆ, ਪਰ ਮੈਨੂੰ ਕੁਝ ਸਮੇਂ ਪਹਿਲਾਂ ਹੀ ਜਾਣਕਾਰੀ ਮਿਲੀ ਹੈ ਤੇ ਮੈਂ ਉਦੋਂ ਹੀ ਪੈਲਸ ਵਿੱਚ ਪਹੁੰਚ ਗਿਆ। ਬਾਕੀ ਪੜਤਾਲ ਤੋਂ ਬਾਅਦ ਪਤਾ ਲੱਗੇਗਾ ਕਿ ਅੱਗ ਕਿਵੇਂ ਤੇ ਕਿਸ ਤਰ੍ਹਾਂ ਲੱਗੀ।